मजीद इस तरह की वीडियो देखने के लिए हमारे जानी बेस्ट चैनल को सब्सक्राइब करें और बेल आइकन को प्रेस करें ताकि मजीद इस तरह की वीडियो की नोटिफिकेशन आपको टाइम पर मिलती रहे। बिस्मिल्लाहिर्रहमानिर्रहीम, अस्सलाम वालेकुम प्यारे दोस्तों, मेरा नाम आतिफ शहजाद, आप देख रहे हो जानी बेस्ट चैनल। दोस्तों जी, बड़े खूबसूरत एपिसोड दे नाल हाजिर हां बलोच बछड़ी फार्म। अज दी वीडियो च माशाल्लाह जी भाई इरफान मेरे नाल मौजूद ने, लोकेशन जिस केसर बार बलवाल शहर तो 15 किलोमीटर खुशाब जोराबाद लखमण रोड दे उत्ते। ਅੱਜ ਦੀ ਵੀਡੀਓ ਤੁਹਾਨੂੰ ਅਗਰ ਵਿਖਾਵੀਏ ਫਰੀਜ਼ੀਅਨ ਡੱਬੀਆਂ ਬਾੜੀਆਂ ਐਚ ਐਫ ਕੈਟਾਗਰੀ ਦੀਆਂ ਮੱਛੀਆਂ ਬੜੀਆਂ ਖੂਬਸੂਰਤ ਮੌਜੂਦ ਨੇ ਔਰ ਸਟਾਰਟਰ ਲਾਟ ਅੱਛੀ ਕੁਆਲਿਟੀ ਦੀਆਂ ਲਾਟਾਂ ਮੌਜੂਦ ਨੇ। ਵੀਡੀਓ ਜਿਹੜੇ ਬਰਾਦਰ ਨੇ ਅਸੀਂ ਚੰਗੀ ਲੈਣੀ ਹੈ, ਸੁਥਰੀ ਲੈਣੀ ਹੈ, ਕੁਆਲਿਟੀ ਲੈਣੀ ਹੈ, ਅੱਜ ਉਹਦੇ ਵਾਸਤੇ ਸਪੈਸ਼ਲ ਹੈ। ਖਾਸ ਕਰਕੇ ਐਚ ਐਫ ਦਾ ਵੀ ਸ਼ੌਕ ਕਰਾਵਾਂਗੇ, ਡਿਟੇਲ ਪੂਰੀ ਲੈਂਦੇ ਹਾਂ। ਅਸਲਾਮ ਬਰੀਡਾਂ ਅੱਜ ਮਾਸ਼ਾ ਜੀ ਬਰਾਵਾਂ ਵਾਸਤੇ ਪੂਰੀਆਂ ਜੀ, ਇਨਸ਼ਾਅੱਲਾ ਇੱਕ ਲੋ ਇੱਕ ਚੰਗੀ, ਇੱਕ ਨਾਲੋ ਇੱਕ ਚੰਗੀ ਹੋ ਜੀ। ਔਰ ਕਿੰਨੇ ਕੁ ਦਾਣੇ ਅੱਜ ਵਿਖਾਣੇ ਨੇ? ਤਕਰੀਬਨ ਆਣੀਆਂ ਜੀ 18 ਬੱਚੀਆਂ। ਜਿਨ੍ਹਾਂ ਬ੍ਰਾਹਮਣ ਨੇ ਪੂਰੀ ਵੀਡੀਓ ਵੇਖੀ ਇਨਸ਼ਾਅੱਲਾ ਪਸੰਦ ਕਰਨਗੇ ਹੀਰੇ, ਕੁਆਲਿਟੀ ਪੂਰੀ, ਬਲੱਡ ਲਾਈਨ ਪੂਰੀ। ਤੇ ਮੌਕੇ ਤੇ ਆ ਕੇ ਬਿਸ਼ੱਕ ਵੇਖੋ, ਅਸੀਂ ਇਹ ਕੋਈ ਨੀ ਆਦੇ ਘਰ ਬਹਿ ਕੇ ਬਿਸ਼ੱਕ ਤਸੱਲੀਆਂ ਨਾਲ ਆ ਕੇ ਚੈੱਕ ਕਰੋ, ਜਿਹੜੀ ਚੰਗੀ ਲੱਗੇ ਤਸੱਲੀ ਲੱਗੇ ਉਹ ਲੈ ਜਾਓ, ਵਰਨਾ ਸਾਡੇ ਜਿਹੜੇ ਜਿਤਨੇ ਵੀ ਫਾਰਮਰ ਜਾਨੀ ਬੈਸਟ ਟੀਵੀ ਦੇ ਨਾਲ ਚੱਲਦੇ ਨੇ, ਅਥੈਂਟਿਕ ਬੰਦੇ ਨੇ, ਤੁਸੀਂ ਟੋਕਨ ਜਾਨਾ ਲਵਾ ਕੇ ਜਾਨਵਰ ਬਿਸ਼ੱਕ ਮੌਕੇ ਤੱਕ ਲੈ ਜਾਓ, ਸਭ ਤੋਂ ਬੈਟਰ ਹੈ। ਨਹੀਂ ਤੇ ਬਿਸ਼ੱਕ ਗਾਰ ਮੰਗਾਓ ਜਾ ਕੇ ਵੀ ਜਾਨਵਰ, ਇਨਸ਼ਾਅੱਲਾ ਜਿਹੜਾ ਤੁਹਾਨੂੰ ਵੀਡੀਓ 'ਚ ਵਿਖਾਇਆ ਜਾਏਗਾ ਸੇਮ ਨਾ ਨਿਕਲੇ, ਕੋਈ ਰੱਦੋ ਬਦਲ ਹੋਵੇ, ਕੋਈ ਮਸਲਾ ਹੋਵੇ ਤੇ ਜਨਾਬ ਜਵਾਬਦਾਰੀ ਹੈ, ਕਿਉਂਕਿ ਅੱਛੀ ਚੀਜ਼ ਇਨਸ਼ਾਅੱਲਾ ਹਮੇਸ਼ਾ ਵਿਖਾਵਾਂਗੇ, ਕੋਈ ਕਿਸੇ ਕਿਸਮ ਦਾ ਮਸਲੇ ਵਾਲਾ ਜਾਨਵਰ ਨਹੀਂ ਵਿਖਾਣਾ। ਲਾਈਕ ਸ਼ੇਅਰ ਕਰ ਦਿਓ, ਚਲਦੇ ਪਹਿਲੀ ਲਾਟ। ਬਿਸਮਿਲ੍ਲਾਹਿਰਰਹਮਾਨਿਰਰਹੀਮ, ਦੋਸਤੋ ਜੀ ਪਹਿਲੇ ਲਾਡ ਦੇ ਮਾਸ਼ਾ ਜੀ ਖੂਬਸੂਰਤ ਤਰੀਨ ਹੀਰੇ ਸਕਰੀਨ ਦੇ ਉੱਤੇ ਤੁਹਾਡੇ ਸਾਹਮਣੇ ਨੇ। ਮਾਸ਼ਾ ਚੋਕੜਾ ਜਾਨਵਰਾਂ ਦਾ 4 ਬੜੀਆਂ ਖੂਬਸੂਰਤ ਹੀਫਰਾਂ, ਔਰ ਮਾਸ਼ਾ ਇੱਕ ਵਾਰੀ ਵੇਖਦੇ ਜਾਓ ਕਿ ਬਲੱਡ ਲਾਈਨ ਤੇ ਬਰੀਡ ਕੀ ਹੈ। ਬਾਈ ਇਰਫਾਨ ਦੇ ਕੋਲ ਅੱਛਾ ਮਿਆਰ 24 ਘੰਟੇ ਦਸਤਿਆਬ ਹੈ, ਇਹ ਚੈੱਕ ਕਰੋ ਜ਼ਰਾ ਬੱਚੀਆਂ। ਮਾਸ਼ਾ ਬੱਚੀਆਂ ਇਹ ਸਟਾਰਟਰ ਲਾਟ ਹੈ, ਸਭ ਤੋਂ ਪਹਿਲੀ ਲਾਟ ਸਟਾਰਟਰ ਲਾਟ ਆਖਦੇ ਹਾਂ ਅਸੀਂ। ਜਿਹੜੇ ਭਰਾ ਪਹਿਲੀਆਂ ਲਾਟਾਂ ਮਾਸ਼ਾ ਪਸੰਦ ਕਰਦੇ ਨਾ, ਉਹ ਸਸਤੀਆਂ ਵੇਖ ਕੇ ਅੱਛੀਆਂ ਵੱਛੀਆਂ ਸਿਲੈਕਟ ਕਰਦੇ ਨੇ ਕਿ ਇਹ ਇੱਕ ਤਾਂ ਲਾਟ ਦਾ ਰੇਟ ਬੜਾ ਰੀਜ਼ਨੇਬਲ ਹੁੰਦਾ, ਸਸਤਾ ਹੁੰਦਾ, ਬਾਕੀ ਇਹਨਾਂ ਨੂੰ ਥੋੜ੍ਹਾ ਸਾਹਮਣਾ ਪਏਗਾ। ਨਸਲ ਪੂਰੀ ਹੈ ਇਰਫਾਨ ਭਾਈ, ਵੇਖੋ ਜੀ ਨਸਲਾਂ ਵੇਖਣੀਆਂ ਨੇ ਤੇ ਪੂਰੀਆਂ ਨੇ। ਕਹਿੰਦੇ ਜੀ ਬਰੀਡਾਂ 'ਚ ਕੋਈ ਕੰਪਰੋਮਾਈਜ਼ ਨਹੀਂ, ਢਾਹ ਕੇ ਲਿਆ ਬੱਚੇ ਪਿਛਾਈ ਸਾਹਿਬ ਅੱਗੋਂ ਦੀ ਹੋਵੇ, ਥੋੜ੍ਹਾ ਕੁਆਲਿਟੀ ਦੇ ਉੱਤੇ ਫੋਕਸ ਕਰਨਾ, ਬਰੀਡ 'ਤੇ ਫੋਕਸ ਕਰਨਾ, ਚੁਸਤ ਤੰਦਰੁਸਤ ਵੱਛੀਆਂ ਨੇ। ਉਹ ਤੁਹਾਨੂੰ ਅੰਦਾਜ਼ਾ ਹੋ ਗਿਆ ਹੋਣਾ ਕਿ ਜੰਪਿੰਗ ਤੋਂ ਵੱਛੀਆਂ ਦਾ ਕੀ ਸੁਰਤ ਹਾਲ ਹੈ। ਅੱਛੀ ਕੈਟਾਗਰੀ ਸਲੈਕਟ ਕਰੋ, ਦੋ ਦੀ ਥਾਂ ਤੇ ਇੱਕ ਰੱਖੋ, ਚੰਗੀ ਰੱਖੋ, ਹਰ ਵੀਡੀਓ 'ਚ ਇਹੀ ਤੁਹਾਨੂੰ ਆਖੀਦਾ, ਚੈੱਕ ਕਰੋ। ਪੂਰੀਆਂ ਚੀਜ਼ਾਂ ਲਿਆਉਣੀਆਂ ਨੇ, ਇਹ ਕਿੰਨੇ ਕਿੰਨੇ ਮਹੀਨੇ ਦੀਆਂ ਵੱਛੀਆਂ ਨੇ? 6 ਤੋਂ 7 ਮਹੀਨੇ ਇਹਨਾਂ ਦੀ ਏਜ ਉਮਰ ਹੈ, 6 ਤੋਂ 7 ਮਹੀਨੇ ਦੀ ਵੱਛੀ ਦੀ। ਮਾਸ਼ਾਅੱਲਾ ਇਹਦੇ ਵੇਖੋ, ਔਰ ਪੂਰੀ ਬਲੱਡ ਲਾਈਨ ਹੈ, ਸਬਬ ਪੂਰਾ, ਕੁਆਲਿਟੀ ਪੂਰੀ, ਵੇਖੋ ਪਿੰਕ ਨੋਜ਼ੀ। ਇਰਫਾਨ ਸਟਾਰਟਰ ਲਾਟ 6-6 ਮਹੀਨੇ ਪੱਕੀਆਂ ਸਾਹਮਣੀਆਂ, ਲੰਮਾ ਜੋੜਾ ਰੇਟ ਕੋ ਨਹੀਂ ਹਾਂ ਨਾ ਦਾ, ਕਿਉਂਕਿ ਗਰਮੀ ਹੁੰਦੀ ਬਰਾਮਾ ਨਹੀਂ। ਮੁਖਸਰ ਗੱਲ ਕਰੀ, ਮੁਖਸਰ 85,000 ਰੁਪਿਆ ਫੀ ਪੁੱਠਾ ਜੀ। ਕਹਿੰਦੇ ਜੀ ਜਿਹਨਾਂ ਬਰਾਮਾ ਨੂੰ ਆ ਜਾਵਣ ਪਸੰਦ ਇਹ ਬਲੱਡ ਲੈਣ, ਚੋਕੜਾ ਵੱਛੀਆਂ ਦਾ 85,000 ਦੀ ਇੱਕ ਵੱਛੀ ਦੇ। ਠੀਕ ਹੈ, ਲੇਕਿਨ ਬਰਾਮਾ ਨੂੰ ਆਪਸ਼ਨ ਹੈ, ਸਿਰਫ 85,000। ਚਲਤੇ ਅਗਲੀ ਲਾਟ ਕੀ ਦੋਸਤੋ ਜੀ, ਚੈੱਕ ਕਰੋ ਲਾਟ ਨੰਬਰ ਆ ਚੁੱਕੀ ਹੈ 2। ਮਾਸ਼ਾਅੱਲਾ ਜੀ ਬਲੋਚ ਬਛੜੀ ਫਾਰਮ,
ਐਦਰਕ ਵੱਛੀ ਵੇਖਣੀ ਤੁਸੀਂ, ਬਲੈਕ ਬਿਊਟੀ, ਕੈਸੀ ਖੂਬਸੂਰਤ ਵੱਛੀ ਇਸ ਲਾਟ ਦੀ, ਟੌਪ ਦਾ ਮਾਲ ਹੈ। ਚੀਜ਼ ਤੇ ਫੋਕਸ ਕਰਨਾ ਚਾਹੀਦਾ ਜੀ, ਗੁੱਲੇ ਜ਼ਰਾ ਚੈੱਕ ਕਰ ਲੈਣੇ, ਇੱਕ ਵਾਰੀ ਵੇਖ ਲੈਣਾ ਬਲੱਡ ਕਿਹੜਾ, ਮਾਸ਼ਾਅੱਲਾ ਇਹਦੇ ਅੱਗੇ ਕੱਢ ਬਾਈ, ਬਰੀਡ ਕੇ ਅੱਛੀ ਚੀਜ਼ ਤੇ ਫੋਕਸ, ਇਹ ਚੈੱਕ ਕਰੋ ਜੀ, ਬਲੋਚ ਮੱਛੀ ਫਾਰਮ, ਇਸ ਜਗ੍ਹਾ ਤੋਂ ਲੈ ਕੇ ਅਸੀਂ ਤੋੜ ਤਾਂ ਇੱਕੋ ਜਿਹੀ ਹੋ ਸੀ, ਸੋਹਣੀ ਹੋ ਸੀ, ਸੋਹਣੀ ਇਹਦੇ ਵੀ ਵੇਖੋ ਜੀ, ਮਾਸ਼ਾਅੱਲਾ ਬੱਚਿਆਂ ਦੇ ਕੋਲ ਗੁੱਲੇ ਚੈੱਕ ਕਰੋ, ਕਾਲੇ ਸ਼ਾਹ ਖੂਬਸੂਰਤੀ ਵੇਖੋ, ਇਹਦੇ ਵੇਖੋ ਇੱਕ ਵਾਰੀ ਕਿਆ ਕਹਿੰਦੇ ਮਾਸ਼ਾਅੱਲਾ, ਔਰ ਇਹਦੇ ਬੱਚੇ ਦੇ ਵੀ ਗੁੱਲੇ ਆਖਦੇ ਨੇ, ਵਿਖਾ ਦਿਓ ਇੱਕ ਵਾਰੀ, ਕਾਲੇ ਸ਼ਾਹ ਨੇ ਜਨਾਬ ਨਜ਼ਰ ਆ ਗਏ, ਚੋਕੜਾ ਚੋਕੜੇ ਹੀ ਚੰਗਾ ਵੱਛੀਆਂ ਦਾ, ਵੇਖੋ ਵੱਛੀਆਂ ਖਰੀਦਣੀਆਂ ਨੇ ਤੁਸੀਂ, ਦੋ ਦੀ ਥਾਂ ਤੇ ਇੱਕ ਰੱਖਣ ਦੀ ਕੋਸ਼ਿਸ਼ ਕਰੋ, ਚੰਗੀ ਦੀ ਕੋਸ਼ਿਸ਼ ਕਰੋ, ਬਲੋਚ ਵੱਛੀਆਂ ਚੋਕੜੇ ਹੀ ਚੰਗਾ, ਐਵੇਂ ਬੰਦਾ ਗੱਲ ਕਰੇ, ਤ੍ਰੈ ਵੀ ਚੰਗੀਆਂ ਨੇ, ਪਹਿਲੇ ਲਾਟ ਦਾ ਚੋਕੜਾ ਚੰਗਾ ਸੀ, ਇਹ 85,000 ਦੀ ਪਹਿਲੀ ਲਾਟ ਲਾਈ ਹੈ, 85,000 ਦੀ ਪਹਿਲੀ ਲਾਟ, ਇਹ ਲਾਟ ਨੰਬਰ 2, ਇਹ ਲਾਟ ਨੰਬਰ 2, ਰੇਟ ਮੁਕਤ ਸਾਰੀ ਰੱਖਣਾ, ਮੁਕਤ ਸਾਰ ਜਿਸ ਬ੍ਰਾਂਡ ਪਸੰਦ ਆ ਉਹ ਨਬਾਈ ਆ ਤੱਕ, 1,00,000 ਦੇ ਪੁੱਠੇ ਨਾਲ ਤਿੰਨੇ ਵਛੀਆਂ ਦੇ, ਲੱਖ ਦਾ ਹੀ ਸਰ ਟੁੱਟਦਾ ਨਹੀਂ ਹੋਵੇ, ਅੱਗੇ ਥੋੜੀ ਜਿਹੀ ਛੂਟ, ਇਹ ਵੱਛੀ ਚੰਗੀ ਹੈ ਨਜ਼ਰ ਆ ਰਹੀ ਹੈ, ਲੱਖ ਤੋਂ ਵੀ ਬਾਹਰ ਨਹੀਂ ਹੋ ਸਕਦੀ, ਇਕੱਲੀ ਨਹੀਂ ਲੱਭਣੀ, ਖਰੀਦ ਆਪਣੀ ਲੱਖ ਤੋਂ ਬਾਹਰ ਹੈ, ਲੇਕਿਨ ਇਕੱਲੀ ਨਹੀਂ ਲੱਭਣੀ, ਇਕੱਲੀ ਨਹੀਂ ਲੱਭਣੀ, ਇਹ ਤਿੰਨ ਲੱਭਣੀ, ਤਿੰਨੇ ਕਿੰਨੇ ਦੀ, ਯੈਸ ਨੋ ਦੱਸੋ ਦਾ, ਯੈਸ ਨੋ ਦਾ ਭਾਈ, 2,90,000 ਰੁਪਏ ਲੱਗ ਵੈਸੇ, ਤ੍ਰੈਵਾਂ ਦਾ ਦੋ ਤੇ ਜੀ, ਤ੍ਰੈਵੇ ਇਕੱਠੀਆਂ ਲਵੋਗੇ ਤਾਂ 2,90,000 ਰੁਪਏ ਲੱਗ ਜਾਸੀ, ਕੁਆਲਿਟੀ ਤੁਹਾਡੇ ਸਾਹਮਣੇ ਇੱਕ ਵਾਰੀ ਫਿਰ ਤੋਂ ਵੇਖ ਲਓ, ਬਰੀਡ ਵੇਖ ਲਓ, ਇੱਕ ਇੱਕ ਵੱਛੀ ਵੇਖੋ, ਇਹ ਵੱਛੀ ਵੇਖੋ, ਇਹ ਬਲੈਕ ਵੇਖੋ ਤੇ ਇਹ ਵੇਖੋ, ਮਾਸ਼ਾਅੱਲਾ ਦਾ ਕਮੈਂਟ ਕਰਨਾ ਨਾ ਭੁੱਲਿਓ, ਚੈਨਲ ਤੇ ਨਵੇਂ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਦਬਾਓ, ਸਿਰਫ ਔਰ ਸਿਰਫ 2,90,000 ਸਿਲੈਕਸ਼ਨ ਕਰ ਸੰਤ 1,00,000 ਰੁਪਿਆ, ਸਿਲੈਕਸ਼ਨ ਕਰ ਸੰਤ ਫਿਰ ਰੇਟ ਲਾਗੋ ਸੀ, ਫਿਰ ਅੱਛਾ ਰੇਟ ਲਾਗ, ਬਲੈਕ ਦਾ ਰੇਟ ਲਾਗੋ ਸੀ 1,00,000 ਤੋਂ ਬਾਹਰ ਦੀ ਹੈ, ਬਾਕੀ ਜੋੜਾ ਤੁਹਾਨੂੰ 2,00,000 ਦਾ ਜੋੜਾ ਲੱਭ ਸਕਦਾ ਹੈ, ਟਰੈਵਲ ਫਿਰ 2,00,000 ਦਾ ਦੇ ਦਿਓ, ਕੋਈ ਵੀ ਜੋੜਾ ਲੈਣ, ਕੋਈ ਵੀ ਜੋੜਾ ਲੈਣ, ਲੋ ਜੀ ਇਹ ਵੀ ਆਪਸ਼ਨ ਮੋਗਾ, ਕਾਲੀ ਨਾਲ ਕੋਈ ਵੀ ਦੂਆਂ ਚੋਂ ਇੱਕ ਪਾ ਲਓ, 2,00,000 ਦਾ ਜੋੜਾ ਲੱਭ ਜਸੀ, 2,90,000 ਦੀ ਪੂਰੀ ਲਾਟ ਚਲਤੇ ਗਈ ਲਾਟ ਕੀ, ਦੋਤੋ ਜੀ ਲਾਟ ਆ ਚੁੱਕੀ ਹੈ 3, ਇਹਦੇ ਵਿੱਚ ਵੀ ਜੇ 4 ਵੱਛੀਆਂ ਚੈੱਕ ਕਰਨਾ ਤੁਸੀਂ, ਮਾਸ਼ਾਅੱਲਾ ਜੀ ਅੱਛੀਆਂ ਲਾਟਾਂ, ਨਸਲੀ ਵੱਛੀਆਂ, ਦਰਵਾਜ਼ਾ ਬੰਦ ਕਰਾਂ, ਮੇਰੇ ਦੋਸਤ ਭਰਾ ਜਿਹੜੇ ਮਾਸ਼ਾਅੱਲਾ ਜੀ ਨਸਲਾਂ ਦੇ ਉੱਤੇ ਫੋਕਸ ਕਰਦੇ ਨੇ, ਬਰੀਡ ਤੇ ਫੋਕਸ ਕਰਦੇ ਨੇ, ਅੱਜ ਉਹਨਾਂ ਵਾਸਤੇ ਇਹ ਚੋਕੜਾ ਵੱਛੀਆਂ ਦਾ ਚੈੱਕ ਕਰ ਲਓ ਜੀ, 1 ਵੱਛੀ, 2 ਨੰਬਰ ਜੀ, 3 ਨੰਬਰ ਜੀ ਤੇ 4 ਨੰਬਰ ਜੀ, ਵੱਛੀਆਂ ਦਾ ਰੱਖ ਸਕੂਨ ਦੇ ਨਾਲ, ਪਹਿਲੇ 4 ਵੇਖ ਲਿਆ ਕਰੋ, 2-3 ਲਾਟ ਪੂਰੀ ਵੇਖਣੀ ਹੈ, ਫਿਰ ਚੈੱਕ ਕਰਨਾ ਕਿ ਮਾਰਕੀਟ ਕੀ ਔਰ ਭਰਾ ਦੇ ਰੇਟ ਕੈਸੇ ਨੇ, ਵੱਛੀ ਜਰਾ ਚੈੱਕ ਕਰੋ, 1 ਜੀ, 2-3-4, ਇਰਫਾਨ ਭਾਈ ਇਹਨਾਂ ਦੀ ਉਮਰ ਕਿੰਨੀ ਕਿੰਨੀ, ਤਕਰੀਬਨ 10-10 ਮਹੀਨੇ, ਰਾਊਂਡ ਅਬਾਊਟ 2-3 ਮਹੀਨੇ ਸਾਹਮਣੀਆਂ, ਇਤਨਾ ਸਾਹਮ ਵੀ ਲੈਣਾ, ਠੀਕ ਹੈ, ਅੱਛਾ 5 ਮਹੀਨੇ ਸਾਂਭ ਕੇ ਲਿਆਓ, ਉਹਦੇ ਨਾਲ ਇਹ ਹੋਣਾ ਕਿ ਗਰੋਥ ਬਹੁਤ ਅੱਛੀ ਹੋ ਜਾਣੀ, ਬੱਚਿਆਂ ਕੋਲ ਲੈਂਥ ਲੰਬਾਈ ਪੂਰੀ ਹੋ ਜਾਣੀ ਹੈ ਅੱਗੋ, ਕਿਉਂਕਿ ਜੇ ਅਗਰ ਤੁਸੀਂ ਪ੍ਰੈਗਨੈਂਟ ਕਰਵਾ ਦਿੰਦੇ ਹੋ, ਫਿਰ ਉਹ ਜਿਹੜਾ 1 ਸਾਲ ਨਹਾਈ ਸਾਹਿਬ ਵੇਖਿਓ, 1 ਸਾਲ ਹੋਣਾ ਜਿਹੜਾ, ਉਹ ਦਰਖਤ ਤੁਹਾਨੂੰ ਕੇਅਰ ਕਰਕੇ ਲਿਆਉਣੀ ਪਾਉਣੀ ਹੈ ਜਾਨਵਰ ਦੀ ਪੂਰੀ, ਤੇ ਫਿਰ 2 ਮਹੀਨੇ ਸਮਝਦੇ ਨੇ ਜੀ, ਉਸ ਨਾਲ ਭਾਈਆਂ ਦਾ 2-2.5 ਲੱਖ ਰੁਪਏ ਦਾ ਫਾਇਦਾ ਹੁੰਦਾ ਹੈ, ਉਹ ਫਾਇਦਾ ਕਿਉਂ, ਉਹ ਫਾਇਦਾ ਕਿਉਂ ਹੋਣਾ, ਜਿਤਨੀ ਅੱਛੀ ਵੱਛੀ ਗਰੋਥ 'ਚ ਹੈ, ਜਿਤਨੀ ਅੱਛੀ ਵੱਛੀ ਨੂੰ ਸਿਮਨ ਲੱਗਣਾ ਹੈ, ਉਹਨੇ ਉਤਨਾ ਅੱਛਾ ਜਾ ਕੇ ਜਾਨਵਰ ਬਣਨਾ, ਐਡੀ ਵੱਡੀ ਗਾਂ ਬਣਨੀ ਹੈ, ਜਿਤਨਾ ਇਹਨੂੰ ਹੁਣ ਟਾਈਮ ਦੇ ਲੈ ਸੋ, ਜਲਦੀ ਬਣਵਾ ਦੇ ਸੋ, ਗਿਆ ਤੇ ਛੋਟੀ ਗਾਂ ਰਹਿ ਜਾਸੀ, ਫਿਰ ਉਹ ਫਾਇਦਾ ਨਹੀਂ ਦੇਣਾ, ਤਾਂ ਉਸ ਟਾਈਮ ਦੇ ਫਾਇਦੇ ਹੋਣੇ ਲੱਖਾਂ 'ਚ, ਫਾਨ ਭਾਈ ਅੱਜ ਦੇ ਹਜ਼ਾਰਾਂ 'ਚ ਜੀ ਜੀ, ਅੱਜ ਦਾ ਹਜ਼ਾਰਾਂ ਦਾ ਫਰਕ ਹੈ, ਤੇ ਉਸ ਟਾਈਮ ਲੱਖਾਂ 'ਚ, ਲੱਖਾਂ 'ਚ, ਅਸੀਂ ਇਸੇ ਵਾਸਤੇ ਆਪਾਂ ਬਰੀਡ ਤੇ ਫੋਕਸ ਕਰੋ, ਕਿਉਂਕਿ ਬਰੀਡ ਦੇ ਵਿੱਚ ਵੀ
ਅੱਜ ਕੱਲ ਮਤਲਬ ਫਰਕ ਹੋਣਾ 10-15 ਹਜ਼ਾਰ ਦਾ, ਹਾਂਜੀ ਬਰਿੰਡਸ ਵੱਛੀ 10-15 ਹਜ਼ਾਰ ਦਾ, ਤੇ ਗਾਂ ਦੇ ਵਿੱਚ ਜਾ ਕੇ ਫਰਕ ਪੈ ਜਾਣਾ, ਇੱਕ ਗਾਂ ਦੀ 2.5 ਲੱਖ ਦੀ ਇੱਕ ਬਣ ਜਾਂਦੀ ਹੈ 8 ਲੱਖ। ਇਹ ਗੱਲ ਵੇਖੋ ਜੀ, ਅੱਜ ਬੜੀ ਵੱਡੀ ਗੱਲ ਇਰਫਾਨ ਭਾਈ ਨੇ ਛੋਟੀ ਜਿਹੀ ਟਾਈਮ 'ਚ ਵੱਡੀ ਗੱਲ ਸਮਝਾ ਦਿੱਤੀ ਹੈ ਕਿ ਵੱਛੀ ਸਸਤੀਆਂ ਵੱਛੀਆਂ ਵੇਖ ਕੇ ਅੱਜ ਲੈਸੋਗੇ 15-20 ਹਜ਼ਾਰ ਦਾ ਫਰਕ ਕਰ ਲੈਸ, ਉਸ ਟਾਈਮ ਲੱਖਾਂ ਰੁਪਏ ਦਾ ਫਰਕ ਪੈ ਜਾਣਾ, ਅੱਜ ਚੰਦ ਹਜ਼ਾਰ ਉਸ ਟਾਈਮ ਲੱਖ। ਪੂਰੀ ਡਿਟੇਲ ਹੋ ਗਈ ਹੈ ਗੱਲ ਕਿਨੇ ਦੀ ਹੈ, ਲਾਟ ਚੋਕੜਾ ਵੱਛਿਆਂ ਦਾ ਕਿਨੇ ਦਾ ਭਾਈ, ਆ ਤੇ ਜਿਸ ਬੰਦੇ ਨੂੰ ਪਸੰਦ ਆਵੇ ਨਾ ਚਾਰੇ ਵੱਛੀਆਂ ਲਵੇ, ਹਾਂ ਨਾ ਦੀ ਗੱਲ ਹੈ, 1,15,000 ਦੇ ਪੁੱਠੇ ਫੀ ਪੁੱਠਾ ਦੋਤਾ ਜੀ, ਰੇਟ ਵੀ ਵੇਖੋ ਮੇਰੇ ਭਰਾ ਦੇ, 1,15,000, 1,15,000, 1,15,000। ਔਰ ਤੁਸੀਂ ਮਾਰਕੀਟ ਚ ਵੀ ਘੰਟੇ ਫਿਰ ਰਹੇ ਹੋ, ਤੁਹਾਨੂੰ ਵੀ ਪਤਾ ਹੈ ਕਿਉਂ ਨਹੀਂ ਜੀ, ਮਾਸ਼ਾਅੱਲਾ ਜੀ, ਨਸਲਾਂ ਦੇ ਪੈਸੇ ਰੇਟ ਜਿਹੜਾ 1,35-40 ਹਜ਼ਾਰ ਦੋਤਾ ਜੀ, ਬਰੀਡਾਂ ਦੇ ਪੈਸੇ ਹੁੰਦੇ, ਨਸਲਾਂ ਦੇ ਪੈਸੇ ਹੁੰਦੇ ਨੇ, 1,35-40-40 ਹਜ਼ਾਰ ਰੁਪਿਆ ਇਹਨਾਂ ਦਾ ਰੇਟ ਚੱਲਦਾ। ਲੇਕਿਨ ਅੱਜ ਮੇਰੇ ਭਰਾ ਨੇ ਲਾਇਆ 1,15, 1,15, 1,15। ਲਾਈਕ ਸ਼ੇਅਰ ਜ਼ਰੂਰ ਕਰ ਦਿਓ ਅਤੇ ਇਨਸ਼ਾਅੱਲਾ ਜਿਹੜਾ ਕਾਲ ਕਰ ਸਕਦੇ ਨਾਲ ਹੋਰ ਵੀ ਮੁਹੱਬਤ ਹੋ ਸੀ, ਚਲਤੇ ਅਗਲੀ ਲਾਟ ਕੀ। ਦੋਸਤੋ ਜੀ, ਲਾਟ ਨੰਬਰ ਆ ਚੁੱਕੀ ਹੈ 4। ਪਹਿਲੀ ਲਾਟ 'ਚ 4 ਵੱਛੀਆਂ, ਦੂਜੀ ਲਾਟ 'ਚ 3 ਵੱਛੀਆਂ, ਤੀਜੀ 4, ਚੌਥੀ 'ਚ ਵੀ 3। ਛੋਟੀਆਂ ਲਾਟਾਂ ਬਣਾ ਰਿਹਾ ਮੇਰਾ ਭਰਾ, ਰੀਜ਼ਨ ਕੀ ਹੈ, ਤੁਹਾਨੂੰ ਚੁੱਕਣ 'ਚ ਆਸਾਨੀ ਹੋਵੇ। ਜਿਹੜਾ ਭਰਾ ਵੱਛੀਆਂ ਲਾਟ ਪੂਰੀ ਲੈਣਾ ਚਾਹੁੰਦਾ ਉਹਨੂੰ ਖਰੀਦਦਾਰੀ 'ਚ ਆਸਾਨੀ ਹੋਵੇ, ਇਹਦਾ ਫਾਇਦਾ ਕਿ ਥੋੜ੍ਹੀਆਂ ਵੱਛੀਆਂ ਹੋਣ। ਜ਼ਿਆਦਾ ਵੱਛੀਆਂ ਹੋਣ ਫਿਰ ਉਹ ਬੰਦਾ ਆਦਾ ਜੀ 6-7 ਇਕੱਠੀਆਂ ਅਸੀਂ ਨਹੀਂ ਲੈ ਸਕਦੇ, ਫਿਰ ਉਹ ਪੂਰੀ ਡੀਲ ਵੀ ਨਹੀਂ ਬਣਦੀ, ਫਾਇਦਾ ਨਹੀਂ ਹੁੰਦਾ। ਚੈੱਕ ਕਰੋ ਇੱਕ ਵਾਰੀ ਵੱਛੀਆਂ ਦੀ ਨਸਲ, ਇਕੱਠੀਆਂ ਜਾਂ 7 ਵੱਛੀਆਂ ਇਕੱਠੀਆਂ ਹਰ ਬੰਦਾ ਨਹੀਂ ਲੈ ਸਕਦਾ। ਅੱਛਾ, ਡਿਫਰੈਂਸ ਵੀ ਇਤਨਾ ਕੋਈ ਨਹੀਂ ਹੁੰਦਾ, 10,000-5,000 ਦਾ ਫੀ ਲਾਟ 'ਚ ਡਿਫਰੈਂਸ ਹੈ। ਜਿਹੜੀਆਂ 2-3 ਲਾਟਾਂ ਇਕੱਠੀਆਂ ਸਲੈਕਟ ਕਰੋ ਤੂੰ ਹੋਰ ਵੀ ਮੁਹੱਬਤ ਹੋ ਜਾਂਦੀ ਹੈ। ਆਈ ਦੀ ਲਾਟ ਭਰਾਵਾਂ ਲਈ ਚੰਗੀ ਤੋਂ ਚੰਗੀ ਵੱਛੀ ਲਿਆਵਾਂ, ਖੂਬਸੂਰਤ ਵੱਛੀ ਲਿਆਵਾਂ, ਬਲੈਡ ਲਾਈਨ ਪੂਰੀ ਹੁੰਦੀ, ਸਾਰਾ ਕੁਝ ਹਰ ਮਨੋ ਵੱਛੀ ਵੇਖ ਕੇ ਲਿਆ। ਇਹ ਵੱਛੀ ਕਿੰਨੇ ਦੀ ਹੈ ਫੀ ਪੁੱਠਾ? ਫੀ ਪੁੱਠਾ ਭਾਈ ਤੇ ਵਾਹ ਨਾ ਦੀ ਗੱਲ ਜਿਸ ਬ੍ਰਾਂਡ ਪਸੰਦ ਆ ਗਈ 1,30,000 ਦੇ ਪੁੱਠੇ 1,30,000 ਫੁੱਲੀ ਫਾਈਨਲ ਦੋਸਤੋ ਜੀ, 1,30,000 ਜਿਵੇਂ ਦਾ ਮਾਲ ਉਸ ਹਿਸਾਬ ਦਾ ਰੇਟ, ਮਾਲ ਦਾ ਮੁੱਲ। ਇਹਦੇ ਵੇਖੋ ਬੱਚਿਆਂ ਕੋਲ ਪਹਿਲਾਂ ਬਾਡੀ ਸਟਰਕਚਰ, ਨਸਲ, ਪ੍ਰਿੰਟ, ਪੁੱਠਾ ਵੇਖਣਾ। ਇਹ ਸਟਾਰਟਰ ਲਾਟਾਂ ਨੇ, ਇਹਨਾਂ ਨੂੰ ਤੁਹਾਨੂੰ ਸਾਹਮਣਾ ਪੈਣਾ। ਜਿਤਨੀ ਅੱਛੀ ਗਰੋਥ ਦੇਸੋਗੇ ਉਤਨੀ ਅੱਛੀ ਵੱਛੀ ਬਣਾ ਸੋਗੇ। ਔਰ ਐਜ਼ ਰਖ ਚੈੱਕ ਕਰੋ ਅੱਖ, ਕੰਨ, ਫੇਸ ਕੁਆਲਿਟੀ। 1,30,000 ਫੁੱਲੀ ਫਾਈਨਲ, 1,30,000 ਜੇ ਗੁੰਜਾਇਸ਼ ਬਾਰਗੇਨਿੰਗ ਉਹਦੇ ਨਾਲ ਜਿਹੜਾ ਕਾਲ ਕਰੇਗਾ। ਚਲਤੇ ਆਜ ਕੇ ਵੀਡੀਓ ਤੇ ਮਾਸ਼ਾਅੱਲਾ ਜੀ, ਆਖਰੀ ਹੀਰੋ ਕੀ। ਲਓ ਜੀ ਦੋਸਤੋ, ਚੈੱਕ ਕਰੋ ਇੱਕ ਕੱਲੀ ਈਫਰ ਦਾ ਸ਼ੌਂਕ, ਇਸ ਤੋਂ ਬਾਅਦ ਇੱਕ ਜੋੜਾ ਲਾਣਾ ਤੁਹਾਡੇ ਸਾਹਮਣੇ ਰੈਡ ਫਰੀਜ਼ੀਅਨ ਤੇ ਫਰੀਜ਼ੀਅਨ। ਮਾਸ਼ਾਅੱਲਾ, ਇਹ ਪਹਿਲਾਂ ਚੈੱਕ ਕਰ ਲਓ, ਇਹ ਜੇ ਕ੍ਰਾਸ ਵੱਛੀ, ਲੇਕਿਨ ਇਹ ਕ੍ਰਾਸ ਬਹੁਤ ਹੀ ਕਮਾਲ ਦਾ ਕ੍ਰਾਸ ਹੈ। ਰੋਕੀ ਗੁੱਲੇ ਵਿਖਾਣੇ ਨੇ ਕਾਫੀ ਦੋਸਤਾਂ ਨੇ ਫਰਮਾਇਸ਼ਾਨ ਵੱਛੀ ਜਿਹੜੀ ਇਸ ਵੱਛੀ ਦੀ ਸਹੀਵਾਲ ਕ੍ਰਾਸ ਵਿੱਚ, ਸਹੀਵਾਲ ਕ੍ਰਾਸ ਵਿੱਚ ਓਏ ਯਾਰ, ਚੈੱਕ ਕਰੋ ਗੁੱਲੇ ਇੱਥੋਂ ਵੀ ਨਜ਼ਰ ਆ ਗਏ। ਸਹੀਵਾਲ ਕ੍ਰਾਸ ਵੱਛੀਆਂ ਮੰਗਦੇ ਬੜੇ ਸ਼ੌਕ ਨਾਲ, ਬੜੇ ਸ਼ੌਕ ਨਾਲ। ਔਰ ਇੰਜ ਨਹੀਂ, ਇਕੱਲੀ ਸਹੀਵਾਲ ਨਹੀਂ ਹੈ, ਸਹੀਵਾਲਾਂ ਜਿਹੜੀਆਂ ਨੇ ਇਹਨਾਂ ਪਿਓਰ ਬ੍ਰਾਹਮਣ ਦੱਸਦੇ ਜੀ, ਉਹਨਾਂ ਦੀ ਇੱਥੇ ਪੰਨ ਹੁੰਦੀ ਆ, ਕੇਰ ਹੁੰਦੀ ਹੈ, ਕੇਰ ਹੁੰਦੀ ਹੈ, ਇਹਦੀ ਕੋਈ ਨਹੀਂ ਚੀਜ਼ ਨਹੀਂ। ਮਤਲਬ ਮੈਂ ਆਈ ਵੱਛੀ ਕੋਲ ਵੇਖੂ ਨੂੰ ਕਿਤਨੀ ਹੈ, ਥਣ ਸੋਹਣੇ ਬਣਾਸੀ, ਬੜਾ ਸੋਹਣਾ ਬ੍ਰਾਹਮਣ ਨਜ਼ਰ ਆ ਰਿਹਾ ਹੋਣਾ ਫਿਰ ਪਿੱਛੂ ਵੀ। ਇਹ ਸਹੀਵਾਲ ਨਾਲ ਚੋਲਿਸਤਾਨੀ ਦਾ ਕ੍ਰਾਸ ਤੇ ਨਹੀਂ, ਚੋਲਿਸਤਾਨੀ ਨਹੀਂ, ਸਹੀਵਾਲ ਨਾਲ ਕਿਹੜਾ, ਸਹੀਵਾਲ ਤੇ ਜਰਸੀ ਦਾ ਕ੍ਰਾਸ, ਜਰਸੀ ਸਹੀਵਾਲ ਕ੍ਰਾਸ ਹੋ ਗਿਆ। ਓਕੇ ਕਾਰ, ਓਕੇ ਕਾਰ। ਖੀਰੀ, ਖੀਰੀ ਕੱਚੀ ਖੀਰੀ ਹੈ, ਕੀ ਸੀਨ ਹੈ ਭਾਈ? ਆਤਿਫ, ਜਿਸ ਬੰਦੇ ਨੂੰ ਪਸੰਦ ਆ ਗਈ ਨਹੀਂ, ਫੁੱਲ ਫਾਈਨਲ 1,35,000 ਦੀ, 1,35 ਦੀ ਲੈਣੇ ਦੇਣੇ ਵਾਲੀ ਗੱਲ, ਲੈਣੇ ਦੇਣੇ, ਵੇਖੀ ਕੋਈ ਹੋਵੇ ਗੁੰਜਾਇਸ਼। ਅੱਛਾ, 1,30,000 ਰੁਪਏ ਦੀ ਫੁੱਲੀ ਫਾਈਨਲ ਹੋ ਗਈ ਮਾਸ਼ਾਅੱਲਾ। ਕੋਈ ਬਰਾਤ ਦੋਸਤਾਨਾ ਚਾਹੇ ਇੰਟਰਸਟ ਹੋਵੇ ਰਾਬਤਾ ਕਰ ਸਕਦਾ। 1,30,000 ਖੁੱਲੀ ਛੱਡ ਦੇ ਮਾਸ਼ਾਅੱਲਾ, ਇਹ ਵੱਛੀ ਵੇਖੋ ਨਸੀਬਾਂ ਵਾਲੇ ਕ੍ਰਾਸ ਜਿਹੜੇ ਮੰਗਦੇ ਨੇ, ਅੱਛਾ ਕ੍ਰਾਸ ਜਾਨੀ ਭਾਈ,
ਐਂ ਦਾ ਕ੍ਰਾਸ ਹੁਣ ਤੁਹਾਨੂੰ ਲੱਭੇ 1,30,000 ਦੇ ਹਿਸਾਬ ਨਾਲ ਤਾਂ ਫਿਰ ਹੋਰ ਕੀ ਚਾਹੀਦਾ। ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ, ਚੈਨਲ 'ਤੇ ਨਵੇਂ ਹੋ ਸਬਸਕ੍ਰਾਈਬ ਕਰਕੇ ਬੈਲ ਦਬੜ ਦਬਾਓ, ਮੌਕੇ 'ਤੇ ਆਓ ਖੁਦ ਚੈੱਕ ਕਰੋ ਆਪਣੀਆਂ ਵੈਣਾਂ, ਯੈਸ ਕਰੋ ਅਤੇ ਲੈ ਕੇ ਜਾਓ 1,30,000। ਵੈਸੇ ਮਾਰਕੀਟ ਰੇਟ ਇਹਦਾ ਕੀ ਹੈ ਤੁਸੀਂ ਕਮੈਂਟ 'ਚ ਜ਼ਰੂਰ ਦੱਸਣਾ, ਅਤੇ ਬਾਈ ਇਰਫਾਨ ਨੇ ਰੇਟ ਜਾਇਜ਼ ਲਾਇਆ ਕਿ ਨਹੀਂ ਲਾਇਆ ਇਹ ਵੀ ਤੁਸੀਂ ਕਮੈਂਟ 'ਚ ਦੱਸਣਾ ਕਿ ਇੰਝ ਦੀਆਂ ਮੱਛੀਆਂ ਦਾ ਰੇਟ ਕੀ ਹੈ। ਚਲਤੇ ਆਖਰੀ ਲਾਟ ਕੀ ਲੋ ਜੀ ਦੋਸਤੋ, ਚੈੱਕ ਆਊਟ ਕਰੋ ਬਾਈ ਇਰਫਾਨ ਦੀ ਮਾਸ਼ਾਅੱਲਾ ਜੀ, ਅੱਜ ਦੀ ਵੀਡੀਓ ਦੀ ਆਖਰੀ ਲਾਟ ਸਕੀਨ ਦੇ ਉੱਤੇ ਤੁਹਾਡੇ ਸਾਹਮਣੇ ਹੈ ਫਰੀਜ਼ੀਅਨ, ਪਿਓਰ ਫਰੀਜ਼ੀਅਨ। ਜਿਹੜੇ ਭਰਾ ਦੇ ਨੇ ਨਾ ਕਿ ਜਾਨੀ ਬਾਈ ਇੰਪੋਰਟਡ ਮਾਂ ਦੀ ਬੱਚੀ ਲੈਣੀ ਹੈ, ਇੰਪੋਰਟਡ ਗਾਂ ਦੀ ਬੱਚੀ ਹੋਵੇ, ਇੰਪੋਰਟਡ ਜਾ ਕੇ ਬਣੇ ਤੇ ਸ਼ੌਕ ਪੂਰੇ ਹੋਣ। ਫੇਸ ਵੇਖੋ ਇੱਕ ਵਾਰੀ, ਇਹ ਬੱਚੀ ਦਾ ਇੱਕ ਵਾਰੀ ਫੇਸ ਵੇਖੋ ਜੀ, ਲੈਂਥ ਲੰਬਾਈ ਇਹ ਜੇ ਗਰੋਥ ਇਸ ਟਾਈਮ ਅਜੇ ਵੀ ਇਹਨੂੰ ਇਰਫਾਨ ਬਾਈ ਮਹੀਨਾ ਡੇਢ ਦੇਵਨ ਤੇ ਬੜੀ ਗੱਲ, 2 ਮਹੀਨੇ ਦਿਨ ਤੇ ਜਾ ਕੇ ਗਾਂ ਬਣ ਕੇ ਤੇ ਰੈਡੀ ਟੂ ਇਨਸੈਮੀਨੇਟ ਹੈ ਇਸ ਟਾਈਮ ਵੀ। ਇਹ ਨਹੀਂ ਦੇਖ ਸਿਮਨ ਲੈਣ ਵਾਲੀ ਨਹੀਂ, ਇਸ ਟਾਈਮ ਵੀ ਲੈਣ ਵਾਲੀ ਹੈ, ਲੇਕਿਨ ਪੂਰਾ ਜੋਬਨ ਇਸਨੇ ਉਦੋਂ ਹੀ ਬਣਾਉਣਾ ਹੈ ਜਿਸ ਟਾਈਮ ਚੈੱਕ ਆਉਂਦੀ ਪੈਰਾਂ ਦੇ ਨਵਾਂ ਤੱਕ ਪੁੱਛਲਦਿਆਂ ਵਾਲਾਂ ਤੱਕ ਬਾਈ ਦਾ ਸ਼ੌਕ ਕਰਾ ਦਿਓ, ਗੁੱਲਿਆਂ ਦਾ ਵੀ ਸ਼ੌਕ ਕਰਾ ਦਿੰਦੇ ਹਾਂ। ਇਹ ਕਾਲੇ ਸ਼ਾਹ ਜੀ ਚੈੱਕ ਆਊਟ ਕਰੋ, ਇਹ ਚੀਜ਼ ਜੇ ਨਸੀਬਾਂ ਲਿਆ ਭਰਾਵਾਂ ਦੀ, ਪਰ ਇੱਥੇ ਵੇਖੋ ਫੇਸ ਮਾਸ਼ਾਅੱਲਾ, ਇਹਨੂੰ ਆਦੇ ਜੀ ਇੰਪੋਰਟਡ ਮਾਂ ਦੀ ਬੱਚੀ ਐਚ ਐਫ ਏ ਪੂਰੀ ਮੇਰੇ ਭਰਾਵਾਂ ਨੂੰ ਪੂਰਾ ਕਰਾ ਦਿੱਤਾ ਕਰੋ, ਕਿਸੇ ਨੂੰ ਕੋਈ ਇਹ ਨਾ ਰਹਿ ਜਾਵੇ ਕਿ ਯਾਰ ਮੈਂ ਮੱਛੀ ਪੂਰੀ ਵੇਖ ਨਹੀਂ ਸੀ ਸਕਿਆ, ਲੈਣੇ ਨਾ ਲੈਣੇ ਨਸੀਬਾਂ ਦੇ ਨਾਲ ਖਾਣੇ ਪੀਣੇ ਦੀਆਂ, ਖਾਣੇ ਪੀਣੇ ਦੀਆਂ ਚਰਖੀਆਂ ਵੇਖੋ ਕਿਵੇਂ ਨੇ, ਦੋਵੇਂ ਹੀ ਮਾਸ਼ਾਅੱਲਾ ਜਿਵੇਂ ਦਾ ਵੀ ਚਾਰਾ ਪਿਆ ਮਾਸ਼ਾਅੱਲਾ ਜੀ, ਖਾਂਦੇ ਪੀਂਦੇ ਜਾਨਵਰ, ਅੰਦਰ ਦੇ ਐਕਟਿਵ ਜਾਨਵਰ ਲਵੋ, ਸੁਸਤ ਮੱਛੀ ਨਹੀਂ ਲੈਣੀ ਕਿਧਰੋਂ ਵੀ, ਇਹ ਮੇਰੀ ਰਿਕਮੈਂਡੇਸ਼ਨ ਹੈ। ਭਲੇ ਹੀ ਤੁਹਾਨੂੰ ਬੜੇ ਜਾਇਜ਼ ਲਾਭ ਰਹੀ ਹੋਵੇ, ਜਿਹੜੀ ਮੱਛੀ ਖਾ ਪੀ ਚੰਗਾ ਨਹੀਂ ਰਹੀ, ਪਾਣੀ ਨਹੀਂ ਪੀ ਰਹੀ, ਸੁਸਤ ਖਲੋਤੀ ਹੈ, ਪਰੇਸ਼ਾਨ ਹੈ, ਉਹ ਮੱਛੀ ਤੁਸੀਂ ਨਹੀਂ ਲੈਣੀ। ਇਹ ਵੇਖੋ ਇੰਝ ਦੇ ਹੀਰੇ ਜਿੱਥੋਂ ਮਰਜ਼ੀ ਲੱਭਣ, ਮਾਸ਼ਾਅੱਲਾ ਜੀ ਦੇਰ ਨਹੀਂ ਲਾਉਣੀ, ਟਿਕਟਾਂ ਰੁਮਾਲ ਚੁੱਕੋ। ਇਰਫਾਨ ਸਾਹਿਬ ਜੋੜਾ ਕਿੰਨੇ ਦਾ? ਨਹੀਂ ਯਾਰ ਇਹ ਕੀ ਹੋਇਆ, ਨਹੀਂ ਇਹਨਾਂ ਦਾ ਰੇਟ ਜਿਹੜਾ ਨੇ ਜੀ ਹੈ ਹੀ ਕੋਈ ਨਹੀਂ, ਬਾਕੀ ਹੁਣ ਤੁਸੀਂ ਅਗਰ ਜ਼ਿੱਦ ਕਰਦੇ ਹੋ ਤਾਂ ਫਿਰ ਅਸੀਂ ਲਾ ਹੀ ਦੇਣੇ। ਨਹੀਂ ਜੀ ਅਗਰ ਹੈ ਮਾਈਂਡ 'ਚ ਤਾਂ ਫਿਰ ਰੇਟ ਦੇਣਾ ਬਣਦਾ ਯਾਰ, ਜਿਸ ਬ੍ਰਾਂਡ ਆ ਜਾਵੇ ਸਮਝ ਰਾਬਤਾ ਕਰ ਲੈਂਦੇ, ਜਿਸ ਬ੍ਰਾਂਡ ਸਮਝ ਆਵੇ ਉਹਨਾਂ ਜੀ ਫੁੱਲ ਫੈਨਲ ਰੁਪਏ ਦੀ ਬਾਰਗੇਨਿੰਗ ਕੋ ਨਹੀਂ, ਇੱਕੋ 1,95,000 ਸਿੰਗਲ ਸਿੰਗਲ ਰੇਟ ਵੀ ਲੱਗ ਗਿਆ ਜੇ, ਜੋੜੇ ਦਾ ਰੇਟ ਵੀ ਲੱਗ ਗਿਆ ਜੇ 4,50,000, 4.25 ਦਾ ਜੋੜਾ। ਕੋਈ ਬਰਾ ਸਿੰਗਲ ਲੈਣਾ ਚਾਹੇ ਇਸ ਮੱਛੀ ਦੇ ਕਿਆ ਹੀ ਕਹਿ ਦੀ, ਤੇ ਫਿਰ ਮਾਸ਼ਾਅੱਲਾ ਜੀ ਰੇਟ ਵੀ ਵੱਧ ਇਸ ਵਾਸਤੇ ਕਿਉਂਕਿ ਇਹਦੇ ਕੋਲ ਬਰੀਡ ਤੇ ਬਲੱਡ ਲਾਈਨ ਬਹੁਤ ਹੀ ਕਮਾਲ ਸੀ। ਮਾਸ਼ਾਅੱਲਾ ਜੀ ਮੱਛੀ ਬਿਲਕੁਲ ਕੋਈ ਸ਼ੱਕ ਨਹੀਂ, ਮੂੰਹ ਮੰਗੇ ਪੈਸੇ ਦੇ ਸਕਦੀ ਹੈ ਜਦੋਂ ਇਫਰ ਤਿਆਰ ਹੋਣੀ ਹੈ। ਦੋਵਾਂ ਯਾਦ ਕਿਉਂ ਖੁਸ਼ ਹੋ, ਅੱਲਾ ਹਾਫਿਜ਼ ਜੀ ਪਾਕਿਸਤਾਨ।